ਇਸ ਟਾਈਮ ਰੇਲਵੇ ਸਟੇਸ਼ਨ ਬਠਿੰਡਾ ਤੇ ਮੌਜੂਦ ਹੈ, ਜਿੱਥੇ ਰੇਲਵੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਕੇਂਦਰ ਸਰਕਾਰ ਖਿਲਾਫ ਜਿਹੜੀ ਮੁਰਦਾਬਾਦ ਦੇ ਜਿਹੜੇ ਨਾਰੇ ਲਗਾਏ ਜਾ ਰਹੇ ਨੇ, ਕੀ ਮੰਗ ਹੈ, ਕੀ ਕਾਰਨ ਹੈ ਇਸ ਪ੍ਰਦਰਸ਼ਨ ਦਾ? ਸਾਡੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ 'ਚ ਹੁਣ ਪੜ੍ਹੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਦੇ ਗੱਫੇ ਦਿੱਤੇ ਜਾ ਰਹੇ ਨੇ। ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ। ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ 'ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ, ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44,974 ਹੋ ਗਈ ਹੈ। ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀਆਂ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ, ਮੈਂਬਰ ਬਣੇ ਹੋ। ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ। ਸਿਰਫ 2.5 ਸਾਲ ਦੇ ਕਾਰਜਕਾਲ 'ਚ ਸੂਬੇ ਦੇ 44,974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ, ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਨਹੀਂ ਥੱਕਦੇ। ਇਹ ਕਹਿਣਾ ਚਾਹੁੰਦਾ, ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ। ਪਹਿਲੀ ਜਿਹੜੀ ਨੌਕਰੀ ਮੈਂ ਐਜ਼ ਅਸਿਸਟੈਂਟ ਲੀਗਲ ਆਫਿਸਰ ਪੰਜਾਬ ਪੁਲਿਸ 'ਚ ਜੁਆਇਨ ਕੀਤਾ ਸੀਗਾ, ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟਨਿਓਰ ਦੌਰਾਨ ਪ੍ਰਾਪਤ ਕੀਤੀ ਸੀ, ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟਨਿਓਰ ਦੌਰਾਨ ਪ੍ਰਾਪਤ ਕਰ ਰਿਹਾ। ਇਸ ਤੋਂ ਬਾਅਦ ਟ੍ਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਲੱਗਦਾ ਹੋ ਸਕਦਾ। ਬੜਾ ਅੱਛਾ ਲੱਗ ਰਿਹਾ ਜੀ, ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਯੁਕਤੀ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ। ਰੇਲਵੇ ਇੰਪਲਾਈ ਯੂਨੀਅਨ ਦੇ ਆਗੂ ਮੌਜੂਦ ਹੈ, ਕਰਦੇ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਰੇਲਵੇ ਸਟੇਸ਼ਨ ਬਠਿੰਡਾ ਤੇ ਕੇਂਦਰ ਸਰਕਾਰ ਦੇ ਖਿਲਾਫ, ਕੀ ਮੰਗ ਹੈ, ਕੀ ਕਾਰਨ ਹੈ ਇਹਦਾ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਕੇਂਦਰ ਸਰਕਾਰ ਨੇ ਜਿਹੜਾ ਇਹ ਚੀਜ਼ ਤਾਂ ਮੰਨ ਲਈ ਸਾਡੀ, ਜਿਹੜੀ ਅਸੀਂ 20 ਸਾਲਾਂ ਤੋਂ ਸੰਘਰਸ਼ ਕਰ ਰਹੇ ਸੀ ਕਿ NPS 'ਚ ਖਾਮੀਆਂ ਹੈਗੀਆਂ। ਕੇਂਦਰ ਸਰਕਾਰ ਨੇ NPS 'ਚ ਖਾਮੀਆਂ ਮੰਨ ਲਈ ਹੈ ਤੇ ਹੁਣ ਇਹ ਇੱਕ ਨਵੀਂ ਪੈਨਸ਼ਨ ਸਕੀਮ ਲੈ ਕੇ ਆਈ ਹੈ UPS। UPS ਦੇ ਵਿੱਚ ਕਈ ਕਮੀਆਂ ਹੈ ਜਿਹਦੇ ਵਾਸਤੇ ਅਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਇਹ ਸਾਡੇ ਜਿਹੜਾ ਸੈਂਟਰ ਤੋਂ ਉੱਤਰ ਰੇਲਵੇ ਮਜ਼ਦੂਰ ਯੂਨੀਅਨ ਦੇ ਮਹਾਂ ਮੰਤਰੀ PC ਸ਼ਰਮਾ ਜੀ ਨੇ, ਇਹਨਾਂ ਨੇ ਆਹਵਾਨ ਕੀਤਾ ਕਿ 5 ਦਿਨ ਤੁਸੀਂ ਇਸ UPS ਦੀ ਜਿਹੜੀ ਕਮੀ ਹੈ ਉਹਨਾਂ ਨੂੰ ਦੂਰ ਕਰਨ ਵਾਸਤੇ ਇਹ ਧਰਨਾ ਪ੍ਰਦਰਸ਼ਨ ਕੀਤਾ ਜਾਵੇ। ਇਸੇ ਕਰਕੇ ਇੱਕ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਲਗਾਤਾਰ। ਪ੍ਰਧਾਨ ਜੀ, ਜੇ ਗੱਲ ਕਰੀਏ ਤਾਂ ਇਹ ਕਿੰਨੇ ਟਾਈਮ ਤੱਕ ਹੁਣ ਜਿਹੜਾ ਇਹ ਪ੍ਰਦਰਸ਼ਨ ਤੁਹਾਡੇ ਵੱਲੋਂ, ਤੁਹਾਡੀ ਯੂਨੀਅਨ ਵੱਲੋਂ ਕੀਤਾ ਜਾਣਾ? ਸਰ, ਇਹ ਤਾਂ ਜਿਹੜਾ ਆਹਵਾਨ ਕੀਤਾ ਗਿਆ 27 ਤਰੀਕ ਤੱਕ ਕੀਤਾ ਗਿਆ, ਪਰ ਇਹ ਪ੍ਰਦਰਸ਼ਨ ਤਾਂ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ UPS ਦੀ ਜਿਹੜੀਆਂ ਕਮੀਆਂ ਹੈ ਉਹਨੂੰ ਕੇਂਦਰ ਸਰਕਾਰ ਦੂਰ ਨਹੀਂ ਕਰ ਦਿੰਦੀ। ਦੇਖੋ, UPS ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਹੈ, ਜਿਵੇਂ ਕਮਿਊਨਿਸਟ ਜਿਹੜਾ ਓਲਡ ਪੈਨਸ਼ਨ ਸਕੀਮ ਹੈ ਅਤੇ ਨਿਊ ਪੈਨਸ਼ਨ ਸਕੀਮ ਦੇ ਵਿੱਚ ਇਹਨਾਂ ਨੇ 8-9 ਪੁਆਇੰਟ ਰੱਖੇ ਹੈ ਜਿਹਨਾਂ ਨੂੰ ਦੂਰ ਕੀਤਾ ਜਾਵੇ। ਜਿਹੜਾ ਪਹਿਲਾ ਪੁਆਇੰਟ ਹੈ ਕਿ ਜਿਹੜੀ ਲਾਸਟ ਪੈਨਸ਼ਨ, ਇਹਨਾਂ ਨੇ ਕਿਹਾ ਵੀ ਲਾਸਟ ਪੈਨਸ਼ਨ 12 ਮਹੀਨਿਆਂ ਦੀ ਲਈ ਜਾਊਗੀ, 12 ਮਹੀਨੇ ਦੀ ਐਵਰੇਜ ਲਿੱਤੀ ਜਾਊਗੀ। ਜਿਹੜੀ ਲਾਸਟ ਪੈਨਸ਼ਨ ਹੈ ਇਹ 12 ਮਹੀਨੇ ਦੀ ਐਵਰੇਜ ਹੈ, ਉਸ ਤੋਂ ਜਿਹੜੀ ਜ਼ਿਆਦਾ ਹੈ ਉਹ ਲਾਗੂ ਹੋਵੇ, ਇਹ ਸਾਡੀ ਇਸ 'ਚ ਡਿਮਾਂਡ ਹੈ। ਸਾਡੀ ਇਹ ਡਿਮਾਂਡ ਹੈ ਜਿਵੇਂ ਓਲਡ ਪੈਨਸ਼ਨ ਦੇ ਵਿੱਚ 40% ਕਮਿਊਟ ਮਿਲਦਾ ਸੀ ਰਾਸ਼ੀ ਸਾਨੂੰ, ਉਹ ਵੀ ਦਿੱਤੀ ਜਾਵੇ। ਸਾਡੀ ਇਹ ਡਿਮਾਂਡ ਹੈ ਕਿ ਜਿਹੜੇ ਇਹਨਾਂ ਨੇ 25 ਸਾਲ ਦੀ ਕੁਆਲੀਫਾਇੰਗ ਸਰਵਿਸ ਰੱਖੀ ਹੈ ਉਹਨੂੰ ਘਟਾ ਕੇ 20 ਸਾਲ ਕਰਿਆ ਜਾਵੇ। ਇਸ ਤੋਂ ਇਲਾਵਾ ਜਿਹੜਾ ਸਾਨੂੰ UPS ਤੇ NPS ਦੇ ਵਿੱਚ ਵਿਕਲਪ ਚੁਣਨਾ ਹੈ ਉਹਦਾ 6 ਮਹੀਨੇ ਦਾ ਸਾਨੂੰ ਇਸ ਟਾਈਮ ਦਿੱਤਾ ਜਾਵੇ। ਜਿਵੇਂ 80-90 ਤੇ 100% ਓਲਡ ਪੈਨਸ਼ਨ ਸਕੀਮ ਵੱਧਦੀ ਹੈ ਜਦੋਂ ਏਜ ਹੋ ਜਾਂਦੀ ਇੰਪਲਾਈਜ਼ ਦੀ, ਉਸ 'ਚ ਵੀ ਇਸ 'ਚ ਵੀ ਇਹ ਪ੍ਰਾਵਧਾਨ ਕੀਤਾ ਜਾਵੇ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੇ ਅਸੀਂ ਉਦੋਂ ਤੱਕ ਕਰਦੇ ਰਹਾਂਗੇ ਜਦੋਂ ਤੱਕ ਕਿ ਸਰਕਾਰ ਜਾਂ ਤਾਂ ਸਾਨੂੰ ਓਲਡ ਪੈਨਸ਼ਨ ਸਕੀਮ ਹੀ ਦੇਵੇ। ਅਗਰ UPS ਹੀ ਦੇ ਰਹੀ ਹੈ ਤਾਂ ਘੱਟੋ ਘੱਟ ਜਿਹੜੇ ਇਹ ਪੁਆਇੰਟ ਹੈ ਜਿਹੜੇ ਓਲਡ ਪੈਨਸ਼ਨ ਵਾਲੇ, ਇਹ ਸਾਨੂੰ ਦੇ ਦੇ, ਸਾਨੂੰ ਮਨਜ਼ੂਰ ਹੈ ਇਸ ਗੱਲ। ਪ੍ਰਧਾਨ ਜੀ, ਜੇ ਗੱਲ ਕਰੀਏ, ਕੇਂਦਰ ਸਰਕਾਰ ਕਹਿ ਰਹੀ ਹੈ ਅਸੀਂ ਹਰ ਇੱਕ ਵਰਗ ਦਾ
ਕੰਮਾਂ ਵੱਲ ਧਿਆਨ ਦੇ ਰਹੇ ਹਾਂ, ਹਰ ਇੱਕ ਇੰਪਲਾਈ ਦੇ ਜੋ ਵੀ ਮੰਗਾਂ ਉਹਨਾਂ ਵੱਲ ਧਿਆਨ ਦਿੱਤਾ ਜਾ ਰਿਹਾ ਸਾਡੀ ਸਰਕਾਰ ਵੱਲੋਂ, ਕੀ ਕਹਿਣਾ ਚਾਹੋਗੇ? ਸਰ, ਸਭ ਕੁਝ ਦਿੱਤਾ ਜਾ ਰਿਹਾ, ਸਭ ਕੁਝ ਕਰਿਆ ਜਾ ਰਿਹਾ। ਕੇਂਦਰ ਸਰਕਾਰ ਨੂੰ ਪਤਾ ਨਹੀਂ ਇੰਪਲਾਈਜ਼ ਤੋਂ ਕੀ ਐਲਰਜੀ ਹੈ। ਅਸੀਂ ਜੋ ਵੀ ਮੰਗਾਂ ਮੰਗੀਆਂ, ਜੋ ਵੀ ਮੰਗਾਂ ਲਈਆਂ, ਉਹ ਸੰਘਰਸ਼ ਕਰਕੇ ਲਿੱਤੀਆਂ। ਹੁਣ ਦੇਖੋ, ਐਨਪੀਐਸ ਲੈ ਕੇ ਆਏ 2004 ਦੇ ਵਿੱਚ, ਐਨਪੀਐਸ ਲੈ ਕੇ ਹੁਣ 24 ਚੱਲ ਰਿਹਾ, 20 ਸਾਲ ਅਸੀਂ ਸੰਘਰਸ਼ ਕੀਤਾ ਤਾਂ ਜਾ ਕੇ ਐਨਪੀਐਸ ਨੂੰ ਰੱਦ ਕਰਕੇ ਨਵੀਂ ਹੋਰ ਲਿਆਏ ਯੂਪੀਐਸ। ਹੁਣ ਯੂਪੀਐਸ 'ਚ ਵੀ ਕਮੀਆਂ, ਉਹਨੂੰ ਅਸੀਂ ਕਹਿ ਰਹੇ ਕੇਂਦਰ ਸਰਕਾਰ ਨੂੰ, ਇਹ ਸਾਡੀ ਕਮੀਆਂ ਜਿਹੜੀ ਕਮੀਆਂ ਉਹਨੂੰ ਮੰਨ ਲਓ, ਸਾਨੂੰ ਮਨਜ਼ੂਰ ਹੈ, ਚਾਹੇ ਉਹਦਾ ਨਾਂ ਓਪੀਐਸ ਰੱਖ ਦਿਓ ਚਾਹੇ ਯੂਪੀਐਸ ਰੱਖ ਦਿਓ, ਜਿਹੜੀਆਂ ਕਮੀਆਂ ਉਹਨੂੰ ਦੂਰ ਕੀਤਾ ਜਾਵੇ ਬਸ। ਤੁਹਾਡੇ ਕਹਿਣ ਦਾ ਮੀਨਸ ਹੈ ਵੀ ਓਲਡ ਪੈਨਸ਼ਨ ਸਕੀਮ ਕੇਂਦਰ ਸਰਕਾਰ ਲਾਗੂ ਕਰੇ? ਹਾਂਜੀ, ਅਗਰ ਓਲਡ ਪੈਨਸ਼ਨ ਸਕੀਮ ਨਾ ਨਹੀਂ ਲਾਗੂ ਕਰ ਸਕਦੀ, ਜਿਹੜੀ ਯੂਪੀਐਸ ਹੈ ਉਸ 'ਚ ਜਿਹੜੀ ਕਮੀਆਂ ਅਸੀਂ 9 ਕਮੀਆਂ ਗਿਣਾ ਰਹੇ ਹਾਂ, ਇਹ ਦੂਰ ਕਰਦੇ ਉਹ ਓਲਡ ਪੈਨਸ਼ਨ ਸਕੀਮ ਹੀ ਹੋਗੀ, ਚਾਹੇ ਨਾ ਯੂਪੀਐਸ ਰੱਖੀ ਜਾਵੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸਾਨੂੰ ਤਾਂ ਹੱਕ ਚਾਹੀਦਾ, ਜਿਹੜਾ ਓਲਡ ਪੈਨਸ਼ਨ ਸਕੀਮ ਦੇ ਵਿੱਚ ਬੈਨੀਫਿਟ ਮਿਲਦਾ ਸੀ, ਉਹ ਬੈਨੀਫਿਟ ਸਾਰੇ ਚਾਹੀਦੇ ਹੈ ਜੋ ਕਿ ਕੇਂਦਰ ਸਰਕਾਰ ਨਹੀਂ ਦੇ ਰਹੀ। ਕਿਉਂਕਿ ਦੇਖੋ, ਹੁਣ ਇਸ ਸਕੀਮ ਦੇ ਵਿੱਚ ਕੀ ਹੈ, ਯੂਪੀਐਸ ਦੇ ਵਿੱਚ ਜਿਹੜਾ 10% ਹੈ ਇੰਪਲਾਈਜ਼ ਦਿੰਦਾ ਹੈ, ਤੇ 18% ਕਹਿ ਰਹੀ ਹੈ ਕੇਂਦਰ ਸਰਕਾਰ ਅਸੀਂ ਦੇਵਾਂਗੇ ਪੈਨਸ਼ਨ ਦੇਣ ਵਾਸਤੇ, ਜਿਹੜਾ ਫੰਡ ਬਣਾ ਰਿਹਾ ਉਸ 'ਚ। ਹੁਣ ਜਦੋਂ ਇੰਪਲਾਈ ਰਿਟਾਇਰ ਹੋ ਰਿਹਾ ਤਾਂ ਉਹਨੂੰ 10% ਹੀ ਦਿੱਤਾ ਜਾ ਰਿਹਾ ਵਾਪਸ, 90% ਕੇਂਦਰ ਸਰਕਾਰ ਆਪਣੇ ਕੋਲ ਰੱਖ ਲਈ ਹੈ। ਇਹਦਾ ਮਤਲਬ ਕੀ ਹੈ ਵੀ ਸਾਡਾ ਹੀ ਸਿਹਰਾ ਤੇ ਸਾਡੀ ਜੁੱਤੀ ਹੈ, ਇਹ ਕੰਮ ਕਰਤਾ ਕੇਂਦਰ ਸਰਕਾਰ ਵੀ ਸਾਡਾ ਹੀ ਪੈਸਾ, ਸਾਡੇ ਪੈਸੇ ਨੂੰ, ਵੱਧ ਪੈਸੇ ਨੂੰ ਰੱਖ ਕੇ ਤੇ ਸਾਨੂੰ ਪੈਨਸ਼ਨ ਦੇ ਰਹੀ, ਸਾਡੇ ਤੇ ਆਸਾਨ ਨਹੀਂ ਕਰੀ। ਅਸੀਂ ਡਿਮਾਂਡ ਕਰ ਰਹੇ ਹਾਂ ਕਿ ਜਿਵੇਂ 60% ਪਹਿਲਾਂ ਐਨਪੀਐਸ 'ਚ ਵੀ ਇਹ ਪ੍ਰਾਵਧਾਨ ਰੱਖਿਆ ਸੀ ਵੀ 60% ਪੈਸਾ ਵਾਪਸ ਦੇਵਾਂਗੇ, ਜਿਹੜਾ 40% ਪੈਸਾ ਉਹ ਅਸੀਂ ਆਪਣੇ ਕੋਲ ਰੱਖਾਂਗੇ ਤੇ ਉਸ 40% ਫੰਡ ਨਾਲ ਆਪਾਂ ਨੂੰ ਪੈਨਸ਼ਨ ਦੇਵਾਂਗੇ। ਅਸੀਂ ਕਹਿ ਰਹੇ ਹਾਂ ਇਸ 'ਚ ਵੀ ਸਾਨੂੰ 60% ਦੇ ਦਿਓ ਤੇ 40% ਰੱਖ ਲਓ, ਉਸ 'ਚ ਪੈਨਸ਼ਨ ਦੇ ਦਿਓ। ਕਹਿੰਦਾ ਤੁਸੀਂ ਸਾਰਾ ਪੈਸਾ ਹੀ ਰੱਖ ਲਿਆ, 10% ਰਿਫੰਡ ਕਰ ਰਹੇ ਹੋ, ਇਹ ਬਹੁਤ ਕਮੀ ਹੈ, ਉਹ ਬਹੁਤ ਵੱਡੀ ਕਮੀ ਹੈ ਇਸ 'ਚ, ਇਸੇ ਕਰਕੇ ਇਹ ਸਾਰਾ ਸੰਘਰਸ਼ ਹੈ। ਪ੍ਰਧਾਨ ਜੀ, ਜੇ ਗੱਲ ਕਰੀਏ ਕੇਂਦਰ ਸਰਕਾਰ ਜੇ ਤੁਹਾਡੀ ਮੰਗਾਂ ਵੱਲ ਜਲਦ ਧਿਆਨ ਨਹੀਂ ਦਿੰਦੀ ਤਾਂ ਤੁਹਾਡਾ ਹੁਣ ਅਗਲਾ ਸੰਘਰਸ਼ ਹੋਰ ਕੀ ਹੋਣ ਵਾਲਾ? ਸਰ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਸਾਡਾ ਸੈਂਟਰਲ ਲੀਡਰਸ਼ਿਪ ਹੈ ਉਹ ਸਾਨੂੰ ਸੰਘਰਸ਼ ਦੀ ਰੂਪ ਰੇਖਾ ਦੱਸਦਾ, ਉਸੇ ਹਿਸਾਬ ਨਾਲ ਅਸੀਂ ਕੰਮ ਕਰਦੇ ਹਾਂ। ਉਹੀ ਤਾਂ ਜੇ ਅਸੀਂ ਤੁਹਾਨੂੰ ਹਾਰਡ ਸਟੈਪ ਸਭ ਤੋਂ ਹਾਰਡ ਸਟੈਪ ਤਾਂ ਸਟ੍ਰਾਈਕ ਹੀ ਹੁੰਦਾ ਨਾ, ਅਸੀਂ ਇਸ ਨੂੰ ਵੀ ਕਹਿਣ ਨੂੰ ਤਿਆਰ ਹਾਂ ਕਿ ਜੇ ਸਾਨੂੰ ਸਾਡਾ ਜਿਹੜਾ ਸੈਂਟਰਲ ਲੀਡਰਸ਼ਿਪ ਹੈ ਸਟ੍ਰਾਈਕ ਵਾਸਤੇ ਕਹੋ ਤਾਂ ਇੰਪਲਾਈ ਸਟ੍ਰਾਈਕ ਤੇ ਵੀ ਜਾਣ ਨੂੰ ਤਿਆਰ ਹੈ। ਜਿੰਨੇ ਤੱਕ ਤੁਹਾਡੀ ਮੰਗਾਂ ਸੈਂਟਰ ਸਰਕਾਰ ਨਹੀਂ ਮੰਗਦੀ ਓਨੇ ਤੱਕ ਤੁਹਾਡੇ ਸੰਘਰਸ਼ ਹੈ ਜਿਹੜੇ ਜਾਰੀ ਰਹਿਣਗੇ? ਬਿਲਕੁਲ ਜਾਰੀ ਰਹਿਣਗੇ ਉਦੋਂ ਤੱਕ ਜਦ ਤੱਕ 20 ਸਾਲ ਅਸੀਂ ਸੰਘਰਸ਼ ਕਰਕੇ ਐਨਪੀਐਸ ਨੂੰ ਯੂਪੀਐਸ ਤੇ ਬਦਲਿਆ ਹੈ, ਹੁਣ ਇਹ ਸੰਘਰਸ਼ ਜਾਰੀ ਰਹੂਗਾ ਜਦ ਤੱਕ ਯੂਪੀਐਸ ਓਪੀਐਸ 'ਚ ਨਹੀਂ ਬਦਲਿਆ। ਬਿਲਕੁਲ ਜੀ, ਬਿਲਕੁਲ। ਅਸੀਂ ਰੇਲਵੇ ਇੰਪਲਾਈਜ਼ ਯੂਨੀਅਨ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਜਲਦ ਰੇਲਵੇ ਇੰਪਲਾਈਜ਼ ਯੂਨੀਅਨ ਦੀ ਜਿਹੜੀ ਓਲਡ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ, ਨਹੀਂ ਤਾਂ ਰੇਲਵੇ ਇੰਪਲਾਈਜ਼ ਯੂਨੀਅਨ ਵੱਲੋਂ ਜਿਹੜੇ ਸੰਘਰਸ਼ ਹੈ ਹੋਰ ਤਿੱਖੇ ਕੀਤੇ ਜਾਣਗੇ। ਕੈਮਰਾਮੈਨ ਸੁਜਲ ਦੇ ਨਾਲ ਮਨੋਜ ਚਰਕੀਵਾਲ, ਦੈਨਿਕ ਸਵੇਰਾ ਟੀਵੀ, ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।